ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮੀ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਹਲਕਾ ਵਿਧਾਇਕਾਂ ਨੂੰ 5-5 ਕਰੋੜ ਦੀ ਰਾਸ਼ੀ ਦੇਣ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਐਲਾਨ, ਪੈ ਸਕਦਾ ਹੈ ਕੈਪਟਨ ਨੂੰ ਮਹਿੰਗਾ। ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ, ਕੇਜਰੀਵਾਲ ਨੇ ਮਜੀਠੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਕਿਉਂ ਧਾਰੀ ਰੱਖੀ ਚੁੱਪੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਲਈ ਵੱਡੀ ਮੁਸੀਬਤ ਹੋਈ ਖੜੀ। ਹੁਣ ਖਬਰਾਂ ਵਿਸਥਾਰ ਨਾਲ। ਕੈਪਟਨ ਨੇ ਆਪਣੇ ਸਾਰੇ ਵਿਧਾਇਕਾਂ ਨਾਲ ਬਜਟ ਤੋਂ ਪਹਿਲਾਂ ਮੀਟਿੰਗ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ, ਮੁਸ਼ਕਿਲਾਂ ਸੁਣੀਆਂ, ਜਿਸ ਤੋਂ ਬਾਅਦ ਹਲਕਾ ਵਿਧਾਇਕਾਂ ਨੂੰ 5-5 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਪਰ ਇਹ ਰਾਸ਼ੀ ਸਿਰਫ ਕਾਂਗਰਸੀ ਵਿਧਾਇਕਾਂ ਨੂੰ ਮਿਲੇਗੀ ਜਾਂ ਗੈਰ ਕਾਂਗਰਸੀਆਂ ਨੂੰ ਵੀ, ਇਹ ਨਹੀਂ ਹੁਣ ਤੱਕ ਸਪਸ਼ਟ ਹੋਇਆ, ਜਿਸ ਨੂੰ ਲੈ ਕੇ ਵਿਰੋਧੀਆਂ ਕੈਪਟਨ 'ਤੇ ਪੱਖਪਾਤ ਕਰਨ ਦੇ ਦੋਸ਼ ਲਾਏ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ 'ਚ ਆਪਣੇ ਵਿਧਾਇਕਾਂ ਨਾਲ ਮੀਟਿੰਗ ਕਰ ਬਜਟ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਅਤੇ 5-5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕਰ ਦਿੱਤਾ। ਪਰ ਹੁਣ ਕੈਪਟਨ ਦੇ ਇਸ ਕਦਮ 'ਤੇ ਵਿਵਾਦ ਖੜਾ ਹੋ ਗਿਆ ਏ। ਵਿਰੋਧੀ ਹੁਣ ਕੈਪਟਨ 'ਤੇ ਪੱਖਪਾਤ ਕਰਨ ਦੇ ਦੋਸ਼ ਲਾ ਰਹੇ ਨੇ। ਇਸੇ ਲੜੀ 'ਚ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕੰਵਰ ਸੰਧੂ ਸਾਹਮਣੇ ਆਏ ਅਤੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ। ਪਹਿਲਾਂ ਦੇਖੋ ਚਿੱਠੀ ਵਿੱਚ ਕੰਵਰ ਸੰਧੂ ਨੇ ਕੀ ਲਿਖਿਆ। ਕੰਵਰ ਸੰਧੂ ਨੇ ਕਿਹਾ ਕਿ ਕੈਪਟਨ ਦਾ ਇਹ ਰੁੱਖ ਅਕਾਲੀ ਭਾਜਪਾ ਦੇ ਸੰਗਤ ਦਰਸ਼ਨ ਨਾਲ ਮੇਲ ਖਾਂਦਾ ਏ, ਕਿਉਂਕਿ ਅਕਾਲੀ ਦਲ ਵੀ ਸਿਰਫ ਆਪਣੇ ਵਿਧਾਇਕਾਂ ਦੀਆਂ ਹਲਕਿਆਂ 'ਚ ਹੀ ਸੰਗਤ ਦਰਸ਼ਨ ਕਰਨ ਜਾਂਦੇ ਸੀ ਅਤੇ ਹੁਣ ਕੈਪਟਨ ਸਾਹਿਬ ਵੀ ਗੱਫੇ ਸਿਰਫ ਆਪਣੇ ਹੀ ਵਿਧਾਇਕਾਂ ਨੂੰ ਦੇਣ ਜਾ ਰਹੇ ਨੇ। ਸੰਧੂ ਨੇ ਕਿਹਾ ਕਿ ਗੈਰ ਕਾਂਗਰਸੀ ਵਿਧਾਇਕਾਂ ਨਾਲ ਵੀ ਕੈਪਟਨ ਸਾਹਿਬ ਨੂੰ ਬਰਾਬਰ ਦਾ ਹਿੱਸੇਦਾਰ ਸਮਝ 5-5 ਲੱਖ ਰੁਪਏ ਦੀ ਰਾਸ਼ੀ ਦੇਣੀ ਚਾਹੀਦੀ ਹੈ। ਕੰਵਰ ਸੰਧੂ ਨੇ ਚੇਤਾਵਨੀ ਦਿੰਦੇ ਹੋਏ ਕੈਪਟਨ ਨੂੰ ਕਿਹਾ ਕਿ ਅਗਰ ਕੈਪਟਨ ਸਾਹਿਬ ਆਪਣੇ ਇਸ ਫੈਸਲੇ 'ਤੇ ਵਿਚਾਰ ਨਹੀਂ ਕਰਦੇ ਤਾਂ ਫਿਰ ਮੈਂ ਹਾਈ ਕੋਰਟ ਵੱਲ ਰੁੱਖ ਕਰਾਂਗਾ। ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਭ ਦੇ ਪ੍ਰਤੀਕਰਮ ਸਾਹਮਣੇ ਆਏ, ਪਰ ਸੁਖਪਾਲ ਨੇ ਕੁਝ ਅਲੱਗ ਹੀ ਕਹਿ ਛੱਡਿਆ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਨੇ ਮੰਨ ਲਿਆ ਕਿ ਉਹ ਬਰਗਾੜੀ ਸ਼ਰਾਬ ਪੀ ਕੇ ਗਿਆ ਸੀ। ਖਹਿਰਾ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ 'ਤੇ ਚੁੱਪੀ ਧਾਰੀ ਰੱਖੀ। ਭਗਵੰਤ ਮਾਨ ਨੇ ਮੰਨ ਲਿਆ ਕਿ ਬਰਗਾੜੀ ਵੀ ਮੈਂ ਸ਼ਰਾਬ ਪੀ ਕੇ ਗਿਆ ਸੀ। ਹਰਿੰਦਰ ਸਿੰਘ ਖਾਲਸਾ ਦੀ ਸ਼ਿਕਾਇਤ ਕਿ ਮਾਨ ਸੰਸਦ ਵਿੱਚ ਸ਼ਰਾਬ ਪੀ ਕੇ ਜਾਂਦੇ ਨੇ। ਅੱਜ ਤੋਂ ਪਹਿਲਾਂ ਜੋ ਵੀ ਮਾਨ ਦੀਆਂ ਨਸ਼ੇ ਵਿੱਚ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਇਹ ਸਭ ਸਹੀ ਸੀ ਅਤੇ ਭਗਵੰਤ ਮਾਨ ਲੋਕਾਂ ਨੂੰ ਝੂਠ ਬੋਲਦਾ ਰਿਹਾ। ਇਹ ਅਸੀਂ ਨਹੀਂ, ਇਹ ਕਹਿ ਰਹੇ ਨੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ। ਖਹਿਰਾ ਨੇ ਕਿਹਾ ਕਿ ਭੈੜੀਆਂ ਮਾਨ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ, ਪਰ ਅੱਜ ਤਾਂ ਮਾਨ ਨੇ ਸਿਰਾ ਹੀ ਲਾ ਦਿੱਤਾ। ਜਦ ਪੂਰਾ ਪੰਜਾਬ ਇਕੱਠਾ ਹੋਇਆ ਤਾਂ ਹੀ ਮਾਨ ਨੇ ਕਿਉਂ ਕੀਤਾ ਸ਼ਰਾਬ ਛੱਡਣ ਦਾ ਐਲਾਨ, ਅਤੇ ਕੇਜਰੀਵਾਲ ਨੇ ਮਜੀਠੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਕਿਉਂ ਧਾਰੀ ਰਹੀ ਚੁੱਪੀ। ਖਹਿਰਾ ਨੇ ਤਾਂ ਆਮ ਆਦਮੀ ਪਾਰਟੀ ਨੂੰ ਚੰਗੇ ਰਗੜੇ ਲਾਏ। ਉਹ ਵੋਟਾਂ ਬਟੋਰਨ ਵਾਲਾ ਕੰਮ ਨਹੀਂ ਗਾ, ਉਹ ਤਾਂ ਸਿੰਪਲੀ ਆਪਣੀ ਆਤਮਾ ਦੇ ਨਾਲ ਪ੍ਰੋਮਿਸ ਕੀਤਾ ਜਾ ਸਕਦਾ ਸੀ ਵੱਧ ਤੋਂ ਵੱਧ। ਵੈਸੇ ਗੁਰਦੁਆਰਾ ਸਾਹਿਬ ਇਸ ਕੰਮ ਲਈ ਨਹੀਂ ਬਣੇ, ਇਹ ਜਾ ਕੇ ਕਿਸੇ ਗੁਰਦੁਆਰੇ 'ਚ ਮੱਥਾ ਟੇਕ ਕੇ ਕਹਿੰਦਾ ਕਿ ਮੈਨੂੰ ਸ਼ਕਤੀ ਦਿਓ ਕਿ ਮੇਰੇ 'ਤੇ ਜਿਹੜੀ ਆਹ ਮੇਰੀ ਸ਼ਰਾਬੀ ਹੋਣ ਦੀ ਆਦਤ ਆ, ਜਿਹਨੇ ਮੈਨੂੰ 50 ਵਾਰ ਗਲਤੀਆਂ ਕਰਾਈਆਂ, ਮੈਨੂੰ ਇਸ ਤੋਂ ਖਹਿੜਾ ਛਡਾ ਦਿਓ। ਔਰ ਹੁਣ ਜਿਹੜਾ ਸ਼ਰਾਬ ਦਾ ਜਿਹੜਾ ਐਲਾਨ ਛੱਡਣ ਦਾ ਕੀਤਾ ਭਗਵੰਤ ਨੇ, ਹਾਲਾਂਕਿ ਦਿਸ ਇਜ਼ ਅ ਨੋਨ ਇਸ਼ੂ, ਇੱਥੋਂ ਸਾਬਤ ਹੋ ਗਿਆ ਕਿ ਇਹ ਜਿੱਦਣ ਬਰਗਾੜੀ ਗਿਆ ਸੀਗਾ ਇਹ ਸ਼ਰਾਬੀ ਹਾਲਤ ਵਿੱਚ ਗਿਆ ਸੀਗਾ। ਇਹਨੇ ਸਵੀਕਾਰ ਕਰ ਲਿਆ ਕਿ ਮੈਂ ਅੱਜ ਤੋਂ ਪਹਿਲਾਂ ਜਿਹੜੇ ਗੁਨਾਹ ਕੀਤੇ ਮੈਂ ਸ਼ਰਾਬ ਪੀ ਕੇ ਗਲਤੀਆਂ ਹੋਈਆਂ ਨੇ। ਤੁਹਾਨੂੰ ਯਾਦ ਹੈ ਵੀਡੀਓਜ਼ ਦੇਖੀਆਂ, ਮੈਂ ਕਦੀ ਪਹਿਲਾਂ ਕਿਹਾ ਨਹੀਂ ਸੀਗਾ, ਬਟ ਹੀ ਵਾਸ ਡਰੰਕ ਦੈਟ ਡੇ ਦਿਸ ਮੈਨ, ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਡਰੰਕ ਸੀਗਾ।
ਇਹ ਸ਼ਰਾਬ ਪੀਤੀ ਹੋ ਔਰ ਇਹਨੇ ਉਹ ਜਿਹੜਾ ਰੈਲੀ ਤੋਂ ਐਲਾਨ ਕੀਤਾ ਇਹਨੇ ਮੰਨ ਲਿਆ ਕਿ ਬਰਗਾੜੀ ਵਿੱਚ ਵੀ ਸ਼ਰਾਬ ਪੀ ਕੇ ਗਿਆ ਸੀਗਾ। ਹਰਿੰਦਰ ਸਿੰਘ ਖਾਲਸਾ ਦੀ ਸ਼ਿਕਾਇਤ ਕਿ ਪਾਰਲੀਮੈਂਟ ਵਿੱਚ ਇਹ ਮੇਰੇ ਲਾਗੇ ਬਹਿੰਦਾ ਅਤੇ ਇਹਦੇ ਮੂੰਹ 'ਚੋਂ ਸ਼ਰਾਬ ਦੀ ਸਮੈਲ ਆਉਂਦੀ ਹੈ, ਇਹ ਉਹ ਵੀ ਸੱਚ ਸਾਬਤ ਹੋ ਗਈ ਹੈ। ਔਰ ਜਿੱਥੇ ਵੀ ਹੋਰ ਇਹ ਡਿੱਗਦਾ ਫਿਰਦਾ ਰਿਹਾ, ਇੱਧਰ ਉੱਧਰ ਵੀਡੀਓਜ਼ ਜਿਹੜੀਆਂ, ਅੱਜ ਤੋਂ ਪਹਿਲਾਂ ਇਹਦਾ ਮਤਲਬ ਝੂਠ ਬੋਲਦਾ ਰਿਹਾ ਲੋਕਾਂ ਨੂੰ ਕਿ ਮੈਂ ਕਦੀ ਪੀਤੀ ਨਹੀਂ, ਹਾਲਾਂਕਿ ਉਹ ਐਂਪਲੀ ਕਲੀਅਰ ਆ ਗਿਆ ਸੀਗਾ ਕਿ ਉਹ ਸ਼ਰਾਬੀ ਹਾਲਤ ਵਿੱਚ ਕਦੀ ਕਿਤੇ ਡਿੱਪ ਪੈਂਦਾ ਸੀ, ਕਿਤੇ ਰੋਟੀ ਖਾਂਦਾ ਵਿੱਚ ਰੋਟੀ 'ਤੇ ਡਿੱਪ ਪੈਂਦਾ ਸੀਗਾ, ਔਰ ਕਿਤੇ ਮਤਲਬ ਭੈੜੀਆਂ ਭੈੜੀਆਂ ਇਹਦੀ ਵੀਡੀਓਜ਼ ਆਈਆਂ। ਪਰ ਜਿਹੜਾ ਇਹਨੇ ਕੰਮ ਕੱਲ੍ਹ ਕਰਤੂਤ ਕੀਤੀ ਉਹ ਤਾਂ ਸਿਰਾ ਹੀ ਲਾਤਾ ਨਾ, ਕਿ ਸਾਰੇ ਪੰਜਾਬ 'ਚੋਂ ਆਦਮੀ ਆਮ ਆਦਮੀ ਪਾਰਟੀਆਂ ਨੂੰ ਇਕੱਠੇ ਕਰਕੇ ਔਰ ਉਹਨਾਂ ਤੋਂ ਰੈਲੀ ਵਿੱਚ ਕਿਹਾ ਕਿ ਮੈਂ ਸਹੁੰ ਖਾਂਦਾ, ਕਿ ਮੈਂ ਆਪਣੀ ਮਾਤਾ ਨੂੰ ਵਿਚਾਰਿਆਂ ਨੂੰ ਖੜਾ ਕੀਤਾ, ਬਜ਼ੁਰਗ ਔਰਤ ਨੂੰ, ਜਿੱਦਾਂ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦਾ ਸਹਾਰਾ ਲਿਆ। ਭਗਵੰਤ ਨੂੰ ਪਤਾ ਸੀਗਾ ਕਿ ਮੇਰਾ ਵੈਸੇ ਲੋਕਾਂ ਨੇ ਯਕੀਨ ਨਹੀਂ ਕਰਨਾ, ਅਤੇ ਮੇਰੀ ਮਾਤਾ ਨੂੰ ਮੈਂ ਨਾਲ ਸਟੇਜ 'ਤੇ ਇੱਕ ਔਰਤ ਦਾ ਉੱਥੇ ਸਹਾਰਾ ਲੈ ਕੇ ਇੱਕ ਮਾਂ ਦੇ ਨਾਮ ਨੂੰ ਬਦਨਾਮ ਕੀਤਾ ਇਸ ਬੰਦੇ ਨੇ, ਅਤੇ ਸ਼ਰਾਬ ਛੱਡਣੀ ਸੀਗੀ ਅਤੇ ਉਹ ਰੈਲੀ 'ਤੇ ਕੇਜਰੀਵਾਲ 'ਤੇ ਮੈਨੂੰ ਹੋਰ ਵੀ ਦੁੱਖ ਆਇਆ, ਇੱਕ ਸ਼ਬਦ ਨਹੀਂ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕੱਲ੍ਹ। ਪੰਜਾਬ ਆਇਆ 2 ਸਾਲ ਬਾਅਦ, ਕਿਉਂਕਿ ਚੋਣਾਂ ਦਾ ਬਿਗਲ ਵੱਜ ਗਿਆ, ਪਹਿਲਾਂ ਇਹਨੂੰ ਪੰਜਾਬ ਨਹੀਂ ਚੇਤੇ ਆਇਆ, ਔਰ ਉੱਥੇ ਬਹਿਬਲ ਕਲਾਂ ਵਿੱਚ 2 ਸਿੱਖ ਨੌਜਵਾਨ ਮਾਰੇ ਗਏ, ਇੱਕ ਸ਼ਬਦ ਨਹੀਂ ਬੋਲਿਆ ਅਰਵਿੰਦ ਕੇਜਰੀਵਾਲ। ਮੌੜ ਬੋਮਬ ਬਲਾਸਟ ਵਿੱਚ ਬੇਗੁਨਾਹ ਮਾਰੇ ਗਏ, ਇੱਕ ਸ਼ਬਦ ਨਹੀਂ ਬੋਲਿਆ। ਨਸ਼ੇ ਦੇ ਖਿਲਾਫ਼ ਤਾਂ ਖੈਰ ਚਲੋ ਬੋਲਣਾ ਕੀ ਸੀਗਾ, ਕਿਉਂਕਿ ਬਿਕਰਮ ਮਜੀਠੀਆ ਨੂੰ ਆਪਣਾ ਸਰਦਾਰ ਮੰਨ ਚੁੱਕੇ ਨੇ ਇਹ ਲੋਕ। ਇਸ ਲਈ ਕੱਲ੍ਹ ਦਾ ਰੈਲੀ ਵਾਜ਼ ਏ ਟੋਟਲੀ ਫਲੋਪ ਸ਼ੋ, ਮੋਸਟ ਯੂਜ਼ਲੈਸ ਰੈਲੀ ਆਫ ਪੰਜਾਬ ਪੋਲੀਟਿਕਸ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਿਹੜੇ ਅਕਾਲੀ ਵਰਕਰ ਉੱਤੇ ਝੂਠੇ ਕੇਸ ਦਰਜ ਕਰ ਰਹੇ ਨੇ, ਐਤਕੀ ਸਾਡੀ ਸਰਕਾਰ ਆਉਣ 'ਤੇ ਹਾਈ ਲੈਵਲ ਕਮੇਟੀ ਬਣਾਵਾਂਗੇ ਜਿਹੜੀ ਉਹਨਾਂ ਨੂੰ ਐਗਜ਼ਾਮਿਨ ਕਰੇਗੀ। ਜਿਹੜੇ ਅਧਿਕਾਰੀ ਝੂਠੇ ਕੇਸ ਪਾ ਰਹੇ ਨੇ ਅਜਿਹੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ। ਦੋ ਗੱਲਾਂ ਜਿਹੜੀਆਂ ਅਹਿਮ ਨਿਕਲੀਆਂ, ਮੈਂ 25 ਹਲਕਿਆਂ 'ਚ ਗਿਆ ਜਿਹੜੀਆਂ ਵਰਕਰਸ ਮੀਟਿੰਗ ਕੀਤੀ ਹੈ। ਇੱਕ, ਕਾਂਗਰਸ ਸਰਕਾਰ ਨੇ ਇੰਨੇ ਝੂਠੇ ਪਰਚੇ ਕੀਤੇ ਹੈ ਵਰਕਰਾਂ ਦੇ, ਜਿਹੜੇ ਵੀ ਮੈਂ ਹਲਕੇ 'ਚ ਗਿਆ 200-200 300-300 ਵਰਕਰ ਆ ਰਹੇ, ਜਿਨ੍ਹਾਂ 'ਤੇ ਉਹਨਾਂ ਦੇ ਬੀਵੀਆਂ ਦੇ ਬਜ਼ੁਰਗ ਮਾਈਆਂ 'ਤੇ ਝੂਠੇ ਪਰਚੇ ਕੀਤੇ ਹੈ। ਅੱਜ ਜਿਹੜੇ ਝੂਠੇ ਪਰਚੇ ਕਰਨ ਨਾਲ ਅੱਜ ਸੋਚਦੀ ਕਾਂਗਰਸ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਰਾ ਦਾਂਗੇ, ਡਿਮੋਰਲਾਈਜ਼ ਕਰ ਦਾਂਗੇ। ਪਰ ਮੈਂ ਦੇਖਿਆ ਕਿ ਜਿੰਨੇ ਝੂਠੇ ਪਰਚੇ ਕੀਤੇ ਓਨੇ ਸਟਰੋਂਗ, ਓਨੇ ਤਕੜੇ ਹੋ ਗਏ ਆ ਵਰਕਰ ਨਿਕਲ ਰਹੇ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਅਫਸਰ ਸਾਹਿਬਾਨ ਨੂੰ ਕਿ ਆਹ ਜਿਹੜਾ ਝੂਠੇ ਪਰਚਿਆਂ ਸਿਲਸਿਲਾ ਹੁਣ ਬਹੁਤ ਹੋ ਗਿਆ। ਸਰਕਾਰ ਇਹਨਾਂ ਦੀ ਕੈਪਟਨ ਦੀ ਰਹਿਣੀ ਨਹੀਂ। ਜਦੋਂ ਸਰਕਾਰ ਚੇਂਜ ਹੋਈ, ਇਮੀਜੀਏਟਲੀ ਅਸੀਂ ਹਾਈ ਲੈਵਲ ਕਮੇਟੀ ਬਣਾਵਾਂਗੇ ਜਿਹੜੀ ਐਗਜ਼ਾਮਿਨ ਕਰੂਗੀ ਕਿਹੜੇ ਅਫਸਰਾਂ ਨੇ ਮਿਲ ਕੇ ਝੂਠੇ ਪਰਚੇ ਕੀਤੇ। ਝੂਠਾ ਪਰਚਾ ਬਣਾਉਣਾ ਕਾਨੂੰਨੀ ਗੁਨਾਹ ਹੈ। SHO DSP ਸੋਚ ਲੈਣ, ਜੇ ਉਹ ਭਾਗੀਦਾਰੀ ਹੋਣਗੇ ਝੂਠੇ ਪਰਚਿਆਂ 'ਚ, ਫਿਰ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ। ਕਿਉਂਕਿ ਜਿਸ ਤਰੀਕੇ ਨਾਲ ਝੂਠੇ ਪਰਚੇ ਬਣਾਏ ਜਾ ਰਹੇ ਹੈ, ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਉਹ ਸੋਚਦੇ ਆ ਕਿ ਸਾਨੂੰ ਕੁਛ ਹੋਣਾ ਨਹੀਂ, ਅਸੀਂ ਤਾਂ ਅਫਸਰ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹੁਣ ਐਕਤੀ ਇਸ ਝੂਠੇ ਪਰਚੇ ਦਾ ਐਂਡ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਸਟਰੋਂਗ ਐਕਸ਼ਨ ਲਵਾਂਗੇ ਐਜ ਆ ਸਟਰੋਂਗ ਐਕਸ਼ਨ, ਜਿਹੜਾ ਇੱਕ ਇਗਜ਼ਾਮਪਲ ਸੈੱਟ ਕਰੂਗਾ ਕਿ ਅੱਗੇ ਤੋਂ ਇਨਸਾਫ ਮਿਲੇ ਅਤੇ ਝੂਠੇ ਪਰਚੇ ਨਾ ਹੋਣ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਹੈ। ਜੀ ਹਾਂ, ਇੱਕ ਪਾਸੇ ਜਿੱਥੇ ਸਾਰੀਆਂ ਹੀ ਪਾਰਟੀਆਂ 'ਚ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੋੜ ਮਚੀ ਹੋਈ ਹੈ, ਉੱਥੇ ਹੀ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੂੰ ਪੱਤਰ ਦੇ ਖਹਿਰਾ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਯੋਗਿਆ ਕਰਦੇ ਹੋਏ ਲਾਂਭੇ ਕਰਨ ਦਾ ਫੈਸਲਾ ਲਿਆ। ਪੰਜਾਬ 'ਚ ਭਾਵੇਂ ਕਿ ਬਾਰਿਸ਼ ਹੋਣ ਨਾਲ ਮੌਸਮ ਕਾਫੀ ਨਮ, ਪਰ ਪੰਜਾਬ ਦੀ ਸਿਆਸਤ ਦਾ ਤਾਪਮਾਨ ਚਰਮ ਸੀਮਾ ਤੇ ਹੈ, ਜਿੱਥੇ ਇੱਕ ਪਾਸੇ ਸਾਰੀ ਹੀ ਪਾਰਟੀਆਂ 'ਚ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੋੜ ਮਚੀ ਹੋਈ ਹੈ, ਉੱਥੇ ਹੀ ਸੁਖਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੂੰ ਪੱਤਰ ਦੇ ਖਹਿਰਾ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਯੋਗਿਆ ਕਰਦੇ ਹੋਏ ਲਾਂਭੇ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਹੁਣ ਵਿਧਾਨ ਸਭਾ ਸਪੀਕਰ ਨੇ ਖਹਿਰਾ ਨੂੰ 15 ਦਿਨ ਦਾ ਨੋਟਿਸ ਭੇਜ ਜਵਾਬ ਮੰਗਿਆ। ਹਾਲਾਂਕਿ ਖਹਿਰਾ ਨੇ ਕਿਹਾ ਕਿ ਉਹ ਹਰ ਕਾਰਵਾਈ ਲਈ ਤਿਆਰ ਹਨ ਤੇ ਜਵਾਬ ਦੇਣਗੇ।
ਅੰਮ੍ਰਿਤਸਰ ਦੇ ਕਟਰਾ ਕਰਮ ਸਿੰਘ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬਾਜੇ ਗਾਜੇ ਨਾਲ ਜਾ ਰਹੀ ਬਰਾਤ 'ਚ ਤਿੰਨ ਅਣਪਛਾਤੇ ਲੋਕ ਆ ਵੜੇ ਅਤੇ ਉਹਨਾਂ ਵਿੱਚੋਂ ਇੱਕ ਨੇ ਸਿੱਧੇ ਲਾੜੀ ਨੂੰ ਗੋਲੀ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਲਾੜੀ ਦੀ ਜਾਨ ਬਚ ਗਈ, ਪਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਕਾਰਵਾਈ ਨਾ ਕੀਤੀ ਜਾਵੇ, ਜੋ ਕਾਰਵਾਈ ਕਰਵਾਉਣੀ ਹੋਵੇਗੀ ਉਹ ਵਿਆਹ ਤੋਂ ਬਾਅਦ ਕਰਵਾਉਣਗੇ। ਬੈੱਡ 'ਤੇ ਪਿਆ ਖੂਨ ਨਾਲ ਲਥਪਥ ਸਿਹਰਾ ਬੰਨੀ ਨੌਜਵਾਨ, ਖੂਨ ਨਾਲ ਲਥਪਥ ਕੱਪੜੇ ਦਿਖਾ ਰਿਹਾ ਪਰਿਵਾਰਕ ਮੈਂਬਰ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਦੇਖ ਰਹੇ ਹੋ, ਇਹ ਤਸਵੀਰਾਂ ਅੰਮ੍ਰਿਤਸਰ ਦੇ ਕਟਰਾ ਕਰਮ ਸਿੰਘ ਦੀਆਂ ਨੇ, ਜਿੱਥੇ ਬਾਜੇ ਗਾਜੇ ਨਾਲ ਜਾ ਰਹੀ ਬਰਾਤ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਤਿੰਨ ਅਣਪਛਾਤੇ ਲੋਕ ਬਰਾਤ ਵਿੱਚ ਆਵੜੇ ਅਤੇ ਉਹਨਾਂ ਵਿੱਚੋਂ ਇੱਕ ਨੇ ਸਿੱਧੇ ਲਾੜੀ ਨੂੰ ਗੋਲੀ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਲਾੜੀ ਦੀ ਜਾਨ ਬਚ ਗਈ ਤੇ ਲਾੜੀ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ। ਉੱਥੇ ਬਰਾਤੀਆਂ ਦਾ ਕਹਿਣਾ ਸੀ ਕਿ ਤਿੰਨ ਅਣਪਛਾਤੇ ਹਮਲਾਵਾਰ ਵਿਆਹ ਵਿੱਚ ਆਵੜੇ ਤੇ ਪਤਾ ਨਹੀਂ ਕਿਉਂ ਕਿਸ ਨੀਅਤ ਵਿੱਚ ਆਏ ਸੀਗੇ, ਲੁੱਟਣ ਆਏ ਸੀ ਜਾਂ ਫਿਰ ਕੁਝ ਹੋਰ। ਬਸ ਉਹਨਾਂ ਵਿੱਚੋਂ ਇੱਕ ਨੇ ਗੋਲੀ ਚਲਾਈ ਅਤੇ ਤੁਰੰਤ ਫਰਾਰ ਹੋ ਗਏ। ਅਸੀਂ ਬਰਾਤ ਚਲਾਈ ਸੀ ਕਟਰਾ ਕਰਮ ਸਿੰਘ ਤੋਂ, ਜਿਹੜੇ ਚੌਂਕ ਤੋਂ ਕਟਰਾ ਕਰਮ ਜਾਣਾ, ਉਹੀ ਹੀ ਬਰਾਤ ਲੈ ਕੇ ਨਿਕਲੇ ਹਾਂ ਅਤੇ 10 ਕਦਮ 'ਤੇ ਅਸੀਂ ਘੁਮਿਆਰਾਂ ਦੇ ਬਿਆਰ ਦੇ ਉੱਤੇ ਚੌਂਕ ਦੇ ਚੁਰਾਹੇ ਦੇ ਉੱਤੇ ਸਾਹਮਣੇ ਪਾਸਾ ਜਿਹੜਾ ਹੈਗਾ ਉਹ ਖੰਮੋ ਵਾਲੀ ਗਲੀ ਵੱਜਦੀ, ਇੱਧਰਲਾ ਜਿਹੜਾ ਪਾਸਾ ਹੈਗਾ ਅਤੇ ਬਾਹਰ ਨਿਕਲਦਾ ਘੁਮਿਆਰਾਂ ਵਾਲਾ। ਅਸੀਂ ਹਾਲੇ ਬਰਾਤ ਦੀ ਸਟੇਸ਼ਨ ਲੈ ਕੇ ਚੋਰੀ ਵਾਲ ਆਉਣਾ ਸੀ, ਕੀ ਇਹ ਕਿ ਉੱਧਰੋਂ ਦੀ ਇਕੱਠਾ ਕਰਨ ਸਿੰਘ ਤਿੰਨ ਬੰਦੇ ਆਏ, ਉਹਨਾਂ ਨੇ ਯਕਦਮ ਫਾਇਰ ਕੀਤਾ ਅਤੇ ਭੱਜਣ ਦੀ ਗੱਲ ਕੀਤੀ ਹੈ। ਮੌਕੇ ਉੱਤੇ ਜਾਂਚ ਕਰਨ ਲਈ ਪਹੁੰਚੀ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ਉੱਤੇ ਕਾਰਵਾਈ ਨਾ ਕੀਤੀ ਜਾਵੇ, ਜੋ ਕਾਰਵਾਈ ਹੋਵੇਗੀ ਉਹ ਵਿਆਹ ਤੋਂ ਬਾਅਦ ਕਰਵਾਈ ਜਾਵੇਗੀ। ਫਿਲਹਾਲ ਇਹਨਾਂ ਦੇ ਇਹਨਾਂ ਨੇ ਆਪਣੇ ਅਜੇ ਤਾਂ ਬਿਆਨ ਦਿੱਤੇ ਆ ਵੀ ਜਿਹੜੀ ਕਾਰਵਾਈ ਜਿਹੜੀ ਹੋ ਰਹੀ ਆ ਘੁਮਿਆਰਾਂ ਵਾਲੇ ਮਹੱਲੇ ਵਾਲੇ ਸਾਈਡ। ਚਿੜੀਆਘਰ 'ਚ ਹੋਈ ਨੌਜਵਾਨ ਦੀ ਦਰਦਨਾਕ ਮੌਤ ਤੋਂ ਬਾਅਦ ਘਟਨਾ ਦੀ ਖੌਫਨਾਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਵਿਅਕਤੀ ਦੀ ਗਰਦਨ ਮੂੰਹ 'ਚ ਲੈ ਕੇ ਘੜੀ ਦੀ ਸ਼ੇਰਨੀ ਸਾਫ਼ ਨਜ਼ਰ ਆ ਰਹੀ ਹੈ। ਬੀਤੇ ਦਿਨੀ ਛੱਤਬੀੜ ਜੂ ਦੇ ਚਿੜੀਆਘਰ 'ਚ ਕੰਧ ਟੱਪ ਕੇ ਇੱਕ ਵਿਅਕਤੀ ਅੰਦਰ ਦਾਖਲ ਹੋ ਗਿਆ ਸੀ ਅਤੇ ਸ਼ੇਰਨੀ ਦੇ ਮੂੰਹ ਦਾ ਨਿਵਾਲਾ ਬਣ ਗਿਆ ਸੀ। ਇਸ ਤੋਂ ਬਾਅਦ ਇਸ ਭਿਆਨਕ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਵਿਅਕਤੀ ਨੂੰ ਮੂੰਹ 'ਚ ਲੈ ਕੇ ਸ਼ੇਰਨੀ ਘੁੰਮਦੀ ਸਾਫ਼ ਨਜ਼ਰ ਆ ਰਹੀ ਹੈ। ਤੁਸੀਂ ਦੇਖੋ ਇਹ ਮੌਤ ਦਾ ਤਾਂਡਵ ਦਿਖਾਉਂਦੀ ਖੌਫਨਾਕ ਵੀਡੀਓ। ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਕਾਰਨ ਰਾਤੋਂ ਰਾਤ ਸਟਾਰ ਬਣੇ ਮੁੱਖ ਮੰਤਰੀ ਨਾਮਕ ਮੁੰਡੇ ਦੇ ਪਿਓ ਨੇ ਰੋ ਰੋ ਕੇ ਆਪਣੇ ਪੁੱਤ ਦੀ ਦਾਸਤਾਂ ਦੱਸੀ ਕਿ ਕਿਵੇਂ ਉਹ ਸਿੱਖੀ ਲਈ ਆਪਣਾ ਸਿਰ ਵੀ ਕਟਵਾਉਣ ਦੀਆਂ ਗੱਲਾਂ ਕਰਦਾ ਸੀ ਅਤੇ ਕਿਉਂ ਪਿੰਡ ਵਾਲਿਆਂ ਨੇ ਉਸ ਦੇ ਕਕਾਰ ਤੁਰਵਾ ਦਿੱਤੇ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਰੋਂਦਾ ਕੁਰਲਾਉਂਦਾ ਇੱਕ ਪਿਓ ਆਪਣੇ ਪੁੱਤ ਦੀ ਕਹਾਣੀ ਕਰ ਰਿਹਾ ਬਿਆਨ। ਇਹ ਇਨਸਾਨ ਹੋਰ ਕੋਈ ਨਹੀਂ ਬਲਕਿ ਸੋਸ਼ਲ ਮੀਡੀਆ ਰਾਹੀਂ ਰਾਤੋ ਰਾਤ ਸਟਾਰ ਬਣੇ ਮੁੱਖ ਮੰਤਰੀ ਨਾਮਕ ਮੁੰਡੇ ਦਾ ਪਿਓ ਹੈ। ਜੀ ਹਾਂ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਮੁੱਖ ਮੰਤਰੀ ਨਾਂ ਤੋਂ ਮਸ਼ਹੂਰ ਹੋਏ ਲੜਕੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਅਤੇ ਬੀਤੇ ਦਿਨ ਹੀ ਉਸਦਾ ਗਾਣਾ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ, ਜਿਹੜਾ ਉਸਨੇ ਸੁੱਖ ਸੰਧੂ ਨਾਲ ਗਾਇਆ ਸੀ। ਯੂਟਿਊਬ ਟ੍ਰੈਂਡਿੰਗ ਵੀ ਰਿਹਾ ਅਤੇ ਇਸ ਗਾਣੇ ਨੇ ਚਾਰੇ ਪਾਸੇ ਤਹਿਲਕਾ ਮਚਾ ਦਿੱਤਾ। ਉਸ ਗਾਣੇ 'ਚ ਗਾਲਾਂ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਉਸਦੀ ਕਾਫ਼ੀ ਨਿੰਦਾ ਵੀ ਹੋਈ ਅਤੇ ਕਈ ਸਟਾਰ ਉਸਦੇ ਹੱਕ ਵਿੱਚ ਵੀ ਖੜ੍ਹੇ, ਜਿਸ ਵਿੱਚ ਬੱਬੂ ਮਾਨ ਅਤੇ ਹਿਮਾਂਸ਼ੀ ਖੁਰਾਣਾ ਵੀ ਸਨ। ਪਰ ਵਿਵਾਦ ਮੁੱਖ ਮੰਤਰੀ ਦੇ ਪਿੰਡ ਦੀ ਪੰਚਾਇਤ ਨਾਲ ਜੁੜਿਆ ਹੈ। ਮਾਮਲਾ ਸੀ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ 'ਤੇ ਦਾਲ ਮੁੰਗੀ ਨਾਂ ਤੋਂ ਇੱਕ ਵੀਡੀਓ ਰਿਕਾਰਡ ਕਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾਣ ਦਾ। ਉਸ ਤੋਂ ਬਾਅਦ ਪੰਚਾਇਤ ਨੇ ਉਸਦੇ ਕਕਾਰ ਵੀ ਉਤਰਵਾ ਲਏ। ਮੁੱਖ ਮੰਤਰੀ ਨੇ ਆਪਣੇ ਪਿੰਡ ਦੀ ਪੰਚਾਇਤ ਦੇ ਸਾਹਮਣੇ ਮੁਆਫ਼ੀ ਵੀ ਮੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ।
ਫਿਰ ਜੀ ਜੋ ਕਿ ਆਪਣੇ ਪਿੰਡ ਵਿੱਚ ਮੇਰੇ ਸ਼੍ਰੀ ਕਕਾਰ ਅੰਮ੍ਰਿਤ ਭੰਗ ਕਰਾਇਆ ਗਿਆ ਸੀ, ਉਸ ਵਿੱਚ ਪਿੰਡ ਦੀ ਪੰਚਾਇਤ ਦਾ ਕੋਈ ਕਸੂਰ ਕੋਈ ਉਹਨਾਂ ਦੀ ਗਲਤੀ ਨਹੀਂ, ਕੋਈ ਪਿੰਡ ਦੀ ਪੰਚਾਇਤ ਦੀ, ਉਸ ਵਿੱਚ ਦੋ ਬੰਦਿਆਂ ਦੀ ਗਲਤੀ ਹੈ ਜੋ ਕਿ ਮਾਨ ਸਿੰਘ ਅਤੇ ਸਰਬਜੀਤ ਸਾਹਿਬਾ, ਉਹਨਾਂ ਦੋਵਾਂ ਦੀ ਗਲਤੀ ਹੈ। ਹਾਂਜੀ, ਉਹਨਾਂ ਜ਼ਿਆਦਾ ਫਾਲਟ ਪਾਇਆ ਅੰਮ੍ਰਿਤ ਭੰਗ ਵਿੱਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਤ ਦੇ ਕਕਾਰ ਉਤਰਨ ਤੋਂ ਬਾਅਦ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਮੁੱਖ ਮੰਤਰੀ ਦੇ ਪਿਤਾ ਨੇ ਪੂਰੀ ਕਹਾਣੀ ਦੱਸੀ ਕਿ ਕਿਵੇਂ ਦਾ ਹੈ ਉਸਦਾ ਪੁੱਤਰ, ਕਿਸ ਕਦਰ ਪਾਗਲ ਸੀ ਉਸਦਾ ਪੁੱਤ, ਸਿੱਖੀ ਲਈ ਕੀ ਸੋਚ ਰੱਖਦਾ ਸੀ ਉਹ ਸਿੱਖ ਪ੍ਰਤੀ, ਇਹ ਸਭ ਕੁਝ ਉਸਦੇ ਪਿਤਾ ਨੇ ਰੋ ਰੋ ਕੇ ਦੱਸਿਆ। ਸਾਨੂੰ ਭਾਈ ਸਾਹਿਬ ਜੀ ਬੜਾ ਦੁੱਖ ਹੋਇਆ ਸੀ ਇਹ ਚੀਜ਼ ਦਾ ਕਿ ਤੁਹਾਡੇ ਬੱਚੇ ਦੇ ਕਕਾਰ ਜਿਹੜੇ ਆ, ਵਾਹਿਗੁਰੂ। ਰੋਣਾ ਨੀ, ਕੋਈ ਗੱਲ ਨੀ, ਨਾ ਕੋਈ ਗੱਲ ਨੀ, ਕੋਈ ਨੀ ਭਾਈ ਸਾਹਿਬ, ਕੋਈ ਨੀ, ਹੌਸਲਾ ਰੱਖੋ, ਕੋਈ ਨੀ ਭਾਈ ਸਾਹਿਬ ਜੀ ਸਿੱਖੀ ਦੇ ਨਾਲ ਜੁੜਿਆ ਸੀ, ਸੀਸ ਘੱਟ ਦਿੰਦੇ ਨੇ। ਤੁਹਾਨੂੰ ਕਿਤਾਬ ਪੜ੍ਹ ਕੇ ਸੁਣਾ ਦੂਗਾ ਉਹ ਬੱਚਾ, ਜਦੋਂ ਵਾਹਿਗੁਰੂ ਉਹਨੇ ਆਖਿਆ ਮੈਂ ਜਿੱਦਾਂ ਹੈਗਾ ਧੜ ਤੋਂ ਸੀਸ ਕਟਾ ਦੂੰਗਾ। ਵਾਹਿਗੁਰੂ ਵਾਹਿਗੁਰੂ ਵਿੱਚ ਉਹਨੇ ਆਪਣਾ ਨਾਮ ਹੀ ਲਿਆ ਵਾ। ਮੈਂ ਧਰਮਪ੍ਰੀਤ ਸਿੰਘ ਮਾਤਾ ਗੁਜਰੀ ਦੇ ਸਾਹਿਬ ਜਾ ਦਿਆਂ ਨੂੰ ਤਾਰੇ ਵਾਂਗੂ ਚਮਕੂੰਗਾ। ਵਾਹਿਗੁਰੂ ਜਿਹੜਾ ਗੱਲਾਂ ਬੱਚਾ ਬੋਲਦਾ ਉਹਦੀ ਇਹੋ ਜਿਹੀ ਵਿਅਕਤੀ ਕੀਤੀ ਜਾਵੇ ਕਿੱਡੀ ਵਧੀਆ। ਵਾਹਿਗੁਰੂ ਕਿੱਡੀ ਵਧੀਆ ਸੋਚ ਸੀਗੀ ਮੁੰਡੇ ਦੀ, ਕਹਿੰਦੇ ਵੀ ਧਮਕੀਆਂ ਦੇ ਕੇ ਤੇ ਬਹੁਤ ਧਮਕਾਇਆ ਗਿਆ। ਵੇਖੋ ਇਹ ਸਿੱਖੀ ਦਾ ਸਿਧਾਂਤ ਨੀ, ਮੈਂ ਬੇਨਤੀ ਕਰਾਂ ਵੀ ਏਦਾਂ ਬੇੜਾ ਕਰਕੇ ਸਿੱਖੀ ਦਾ ਨਾ ਕਰੀਏ। ਸਿੱਖੀ ਦਾ ਸਿਧਾਂਤ ਨੀ ਗਾ, ਇਹ ਸਿਧਾਂਤ ਨੀ ਗਾ ਸਿੱਖੀ ਦਾ, ਕਹਿੰਦੇ ਰਾਤ ਮੁਕਾ ਕੇ ਨਹੀਂ। ਕੋਈ ਨੀ ਦੇ ਵਿੱਚ ਪਾ ਦਿੰਦੇ ਸ੍ਰੀ ਸਾਹਿਬ, ਮੇਰੀ ਝੋਲੀ ਦੇ ਵਿੱਚ ਪਾ ਦਿੰਦੇ ਝੋਲੀ ਦੇ ਵਿੱਚ। ਇੱਕ ਬੇਨਤੀ ਕਰਨਾ ਬੰਦੇ ਦੇ ਸਾਹਮਣੇ ਬਾਬਾ ਜੀ ਚੱਲਦਾ ਪਿਆ, ਬਾਬਾ ਜੀ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਦੱਸੋ ਤੁਸੀਂ ਬਾਬਾ ਜੀ ਦੱਸੋ ਲਾਈਵ ਬੰਦ ਆ, ਦੱਸੋ ਤੁਸੀਂ ਆਪਣੀ ਮਰਜ਼ੀ ਨਾਲ ਅਰਦਾਸ ਕੀਤੀ, ਦੱਸਣਗੇ ਘਰ ਵਾਲੇ ਮੇਰੇ ਸਾਹਮਣੇ ਲੱਗ ਗਏ। ਤੁਸੀਂ ਦੱਸੋ ਘਰ ਵਾਲਿਆਂ ਨੇ ਕਦੇ ਕਰਾਈ ਗਈ ਆ ਸਰਕਾਰ ਕਮੇਟੀ ਤੁਹਾਨੂੰ ਨਾਲ ਆ ਬਾਬਾ ਜੀ, ਕੋਈ ਗੱਲ ਨੀ ਮੈਂ ਕਰੂੰਗਾ, ਮੈਨੂੰ ਗਨਮੈਨ ਬਣ ਕੇ ਰਹਿਣਾ ਬਹੁਤ ਨਾਲ ਕੇ ਕਰੂੰਗਾ। ਤੁਹਾਡੇ ਦੇ ਜਿਹੜੀ ਤਲਵਾਰ ਚੱਲੂਗੀ ਪਹਿਲਾਂ ਸਾਡੇ ਦੇ ਚੱਲੂਗੀ, ਅਸੀਂ ਤੁਹਾਡੇ ਨਾਲ ਆ। ਤੁਸੀਂ ਦੱਸੋ ਕਿੰਨਾ ਨੇ ਕਰਵਾਈ ਤੁਹਾਡੇ ਕੋਲ? ਸਾਰਿਆਂ ਨੂੰ ਪਤਾ, ਮੇਰੇ ਮੂੰਹ ਕੀ ਸੁਣਦੇ ਬਾਬਾ ਜੀ? ਸਾਰਿਆਂ ਨੂੰ ਪਤਾ ਸੀ ਤੁਹਾਡੇ ਕੋਲ ਜਿਹੜੇ ਬੰਦੇ ਉੱਥੇ ਮੌਜੂਦਾ ਗਏ ਆ, ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਅਰਦਾਸ ਤੁਹਾਨੂੰ ਕਰਨੀ ਪੈਣੀ, ਤੁਸੀਂ ਕਰੋ। ਤੁਸੀਂ ਦੱਸੋ ਕਿਹੜੇ ਕਿਹੜੇ? ਹਾਂਜੀ ਦੱਸੋ, ਕੋਈ ਨੀ ਉੱਥੇ ਹੈਗੇ, ਕੌਣ ਸੀ ਦੱਸੋ? ਤੂੰ ਨੀ ਹੈਗਾ, ਬਸ ਉਹ ਬੰਦਾ ਇੱਕੋ ਹੀ ਆ। ਹੋਰ ਕਿਹੜਾ ਕਿਹੜਾ ਸੀ ਨਾਲ ਜਿੰਨੇ ਜਾ ਜੀ ਜਦੋਂ? ਹੋਰ ਕਿਹੜਾ ਕਿਹੜਾ ਨਾਲ ਬਾਬਾ ਜੀ? ਇੱਕ ਬੰਦੇ ਦਾ ਕੰਮ ਨੀ ਹੋ ਸਕਦਾ, ਇੱਕ ਬੰਦੇ ਦੇ ਨੀ ਆਪਾਂ ਸਾਰਾ ਸਾਰੀ ਦੱਸੋ ਸਾਰੇ ਪੰਚਾਇਤ ਦਾ ਨੀ ਕੋਈ ਇਹਦੇ ਵਿੱਚ ਰੋਣਾ। ਬਾਬਾ ਜੀ ਸਾਡੇ ਕੋਲ ਵੀਡੀਓ ਪਈ, ਬਾਬਾ ਜੀ ਨੇ ਆਪ ਦੱਸਿਆ ਵੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਮੇਰੇ ਤੇ ਪ੍ਰੈਸ਼ਰ ਪਾਇਆ, ਉਹਨਾਂ ਨੇ ਮਾਫ਼ੀ ਮੰਗਾਈ ਬੱਚੇ ਨੂੰ ਪਹਿਲਾਂ ਬਾਹਰ ਉੱਥੇ ਟਾਂਕੀ ਲਾ ਕੇ। ਹੁਣ ਸਾਨੂੰ ਪਤਾ ਹੋਈ ਇੱਥੇ ਗੁਰਦੁਆਰੇ ਦੀ ਗੱਲ ਦੱਸ ਰਹੀ ਜਦੋਂ ਆ ਗੁਰਦੁਆਰੇ ਕੌਣ ਕੌਣ ਇਹ ਦੱਸ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਮਿੰਦ ਇਜਾਜ਼ਤ, ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।